ਹਾਂਜੀ ਦੋਸਤੋ, ਸਵਾਗਤ ਹੈ ਇੱਕ ਹੋਰ ਨਵੀਂ ਅਪਡੇਟ ਵੀਡੀਓ। ਸੋ ਦੋਸਤੋ, ਸਿੱਧੂ ਬਾਰੇ ਕਾਫੀ ਜ਼ਿਆਦਾ ਵੱਡੇ ਮੇਨ ਅਪਡੇਟ ਸਾਹਮਣੇ ਕਰ ਰਹੇ ਨੇ। ਸੋ ਦੋਸਤੋ, ਪਹਿਲਾਂ ਗੱਲਬਾਤ ਕੀਤੀ ਹੈ ਮਨੋਬਰ ਫਰੂਕੀ ਬਾਰੇ। ਸੋ ਦੋਸਤੋ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਸੀਜ਼ਨ 17 ਬਿਗ ਬੋਸ ਦਾ ਵਿਨਰ ਹੋ ਚੁੱਕੇ ਨੇ ਮਨੋਬਰ ਫਰੂਕੀ, ਅਤੇ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਜਾ ਰਹੀ, ਜਿੱਥੇ ਕਿ ਸਿੱਧੂ ਮੂਸੇਵਾਲੇ ਬਾਰੇ ਗਾਣਿਆਂ ਬਾਰੇ ਗੱਲਬਾਤ ਕਰਦੇ ਦਿਖਾਈ ਦੇ ਰਹੇ ਨੇ, ਅਤੇ ਇੱਕ ਗਾਣੇ ਦੇ ਵਿੱਚ ਟ੍ਰਿਬਿਊਟ ਵੀ ਦਿੱਤੀ ਸੀ, ਉਹ ਗਾਣਾ ਘੱਟ ਬੰਦਿਆਂ ਨੇ ਸੁਣਿਆ। ਸੋ ਆਪਾਂ ਤੁਹਾਨੂੰ ਦੁਬਾਰਾ ਦਿਖਾਉਂਦੇ ਹਾਂ। ਅਤੇ ਇੱਕ ਚੰਗੀ ਗੱਲ ਬੜੀ ਗਈ ਸੀ ਵੀ ਪਹਿਲੇ 'ਤੇ ਸਿੱਧੂ ਮੂਸੇਵਾਲੇ ਦਾ ਗਾਣਾ ਚੱਲ ਰਿਹਾ, ਅਤੇ ਪਹਿਲੇ 'ਤੇ ਹੀ ਰਹਿਣਾ ਚਾਹੀਦਾ, ਦੂਜੇ 'ਤੇ ਮੇਰਾ ਟ੍ਰੈਂਡਿੰਗ ਪੇ ਨੰਬਰ 1 ਨਹੀਂ ਚਾਹੀਏ, ਨੰਬਰ 1 ਪੇ ਆਪਣਾ ਸਿੱਧੂ ਬਾਜੀ ਕਾ ਗਾਣਾ ਚੱਲ ਰਿਹਾ ਲੈਵਲ, ਔਰ ਉਹ ਰਹਿਣਾ ਚਾਹੀਏ ਨੰਬਰ 10 ਪੇ, ਬਾਜੀ ਟ੍ਰੈਂਡ ਕਰਨੇ ਚਾਹੀਏ ਔਰ ਉਹ ਟ੍ਰੈਂਡ ਕਰਤੇ ਰਹੇਗੇ। ਅਗਰ ਸੇ ਨਿਕਲੂ ਸੋਚ ਕੇ ਸਫਰ ਯਾ ਲਾਸਟ ਰਾਈਡ ਨਾ ਮੋ ਮਸ਼ਹੂਰ ਮੂਸੇ ਜੈਸਾ ਮਰਨੇ। ਅਤੇ ਨਾਲੇ ਗੱਲਬਾਤ ਕੀਤੀ ਹੈ ਸਿਮਰ ਦਰਾ ਬਾਰੇ, ਨਸ਼ੇੜੀ ਅੱਖਾਂ 3 ਦਾ ਐਲਾਨ ਵੀ ਕਰ ਦਿੱਤਾ, ਅਤੇ ਲਾਈਵ ਕਨਸਰਟ ਦੇ ਵਿੱਚ ਸੁਣਾਇਆ ਵੀ ਸੀਗਾ, ਤੁਸੀਂ ਆਪਣੀ ਸਕਰੀਨ ਦੇ ਬਾਰੇ ਵੀਡੀਓ ਚੈੱਕ ਕਰ ਸਕਦੇ ਹੋ। ਨਸ਼ੇੜੀ ਅੱਖਾਂ 3 ਸੁਣਾਉਣਾ ਸਿਰਾ ਚੀਜ਼ ਆ, ਜਿਹੜੀ ਚੀਜ਼ ਕਿਤੇ ਨਹੀਂ ਸੁਣੀ, ਕਿਸੇ ਨੇ ਨਹੀਂ ਸੁਣੀ, ਉਹ ਸੁਣੋ ਤੁਸੀਂ, ਹੈ ਨਾ। ਕਹਿੰਦਾ ਅੱਜ ਹੋ ਗਿਆ ਜੇ ਦੱਸ ਕਿਵੇਂ ਕੱਲ ਹੋਊਗਾ, ਇੱਕੋ ਰਹਿੰਦੀ ਆ ਫਿਕਰ ਕਿਵੇਂ ਹੱਲ ਹੋਊਗਾ, ਸੱਚ ਬੋਲ ਦਿੰਦਾ ਸਭ ਸਭ ਸਾਫ ਹੁੰਦਾ, ਰੱਬ ਵੱਲੋਂ ਅਮਲੀ ਨੂੰ ਸਭ ਹੋਏ ਹੋਏ, ਰੱਬ ਵੱਲੋਂ ਅਮਲੀ ਨੂੰ ਸਭ ਮਾਫ ਹੁੰਦਾ, ਰੱਬ ਵੱਲੋਂ ਅਮਲੀ ਨੂੰ ਸਭ ਮਾਫ ਹੁੰਦਾ। ਉਹ ਦੇਖੋ ਕੀ ਹੋ ਗਿਆ ਮੇਰਾ ਭਰਾ, ਕਹਿੰਦੀ ਕੁੜੀ ਕਹਿੰਦੀ ਆ, ਕਹਿੰਦੀ ਲਾਉਂਦਾ ਹਰ ਬੰਦਾ ਪਿਆ ਤਾਂ ਹੀ ਤਵਾ ਸੋਹਣਿਆ, ਆ ਰਨਬਾਜੀ ਦਾ ਜੋ ਸ਼ੌਂਕ ਪਿਆ ਨਵਾਂ ਸੋਹਣਿਆ, ਲਾਉਂਦਾ ਹਰ ਬੰਦਾ ਪਿਆ ਤਾਂ ਹੀ ਤਵਾ ਸੋਹਣਿਆ, ਔਰ ਰਨਬਾਜੀ ਦਾ ਜੋ ਸ਼ੌਂਕ ਪਿਆ ਨਵਾਂ ਸੋਹਣਿਆ, ਤਾਂ ਹੀ ਨਿਕਲੇ ਜਲੂਸ ਛੱਡ ਤੈਨੇ ਕਰ ਯੂਸ, ਉੱਤੋਂ ਸ਼ਰਮ ਨਾ ਕਰੇ ਕਰੇ ਲਾਫ ਸੋਹਣਿਆ, ਹਰ ਚੀਜ਼ ਲੋਕੀ ਕਰਦੇ ਨੀ ਮਾਫ ਸੋਹਣਿਆ, ਹਰ ਚੀਜ਼ ਲੋਕੀ ਕਰਦੇ ਨੀ ਮਾਫ ਸੋਹਣਿਆ। ਕਹਿਣ ਲੱਗਿਆ